ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਵਿਖੇ ਧਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਮੁੱਖ ਸਥਾਨ ਵਿਖੇ ਤੇਰਸ ਦਾ ਦਿਹਾੜਾ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਸਿੱਧ ਪੋਈ ਜੀ ਵੈਲਫੇਅਰ ਕਮੇਟੀ ਪਿੰਡ ਕੱਟ ਲੱਲੂ ਦੇ ਪ੍ਰਧਾਨ ਅਵਤਾਰ ਸਿੰਘ ਧਾਲੀਵਾਲ, ਬਾਚੇਵਾਲਾ ਮੀਤ ਪ੍ਰਧਾਨ, ਰਾਗੜ ਸਿੰਘ ਕੋਟ ਲੱਲੂ ਖਜਾਨਚੀ, ਜੁਗਰਾਜ ਸਿੰਘ ਧਾਲੀਵਾਲ ਗੰਢੂ ਕਲਾ ਤੇ ਸਕੱਤਰ, ਲਾਭ ਸਿੰਘ ਧਾਲੀਵਾਲ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਹਰ ਮਹੀਨੇ ਤੇਰਸ ਦਾ ਦਿਹਾੜਾ ਬਾਬਾ ਜੀ ਦੇ ਮੁੱਖ ਸਥਾਨ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਉਹਨਾਂ ਕਿਹਾ ਕਿ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਆਪਣੀਆਂ ਹਾਸ਼ਰੀਆਂ ਭਰੀਆਂ ਤੇ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਵੀ ਤੁੱਟ ਵਰਤਾਇਆ ਗਿਆ। ਧੰਨ ਸ਼ਹੀਦ ਬਾਬਾ ਸਿੱਧ ਪੋਈ ਜੀ, ਅੱਜ ਮਹੀਨੇ ਵਾਲੀ ਤੇਰਸ ਦਾ ਦਿਹਾੜਾ ਹੈ। ਵੱਡਾ ਮੇਲਾ 18-19-20 ਜੂਨ ਨੂੰ ਲੱਖਾਂ ਦੀ ਤਾਦਾਦ ਨੇ ਤਾਦਾਦ ਸੰਗਤਾਂ ਨੇ ਆ ਕੇ ਮਨਾਇਆ ਹੈ। ਜਿਹੜਾ ਸਾਲਾਨਾ ਜੋੜ ਮੇਲਾ ਹੈ ਸ਼ਹੀਦ ਬਾਬਾ ਸਿੱਧ ਪੋਏ ਜੀ ਦੇ ਮੁੱਖ ਸਥਾਨ ਪਿੰਡ ਕੋਟ ਲੱਲੂ ਜ਼ਿਲ੍ਹਾ ਮਾਨਸਾ ਵਿਖੇ, ਉਹ ਆਏ ਸਾਲ ਜੇਠ ਸੁਦੀ ਤੇਰਸ ਨੂੰ ਭਰਦਾ ਹੈ ਅਤੇ ਦੂਸਰਾ ਹਰ ਮਹੀਨੇ ਦੀ ਪੱਖੀ ਜੇਠ ਸੁਦੀ ਤੇਰਸ ਨੂੰ ਇੱਥੇ ਮੇਲਾ ਭਰਦਾ ਹੈ। ਇਹ ਛੋਟਾ ਮੇਲਾ ਹੁੰਦਾ ਹੈ, 5-10 ਹਜ਼ਾਰ ਦਾ ਇਕੱਠ ਹੁੰਦਾ ਹੈ। ਸੰਗਤ ਇੱਥੇ ਆਪਦੀਆਂ ਸੁੱਖਾਂ ਮਨਾਉਣ ਲਈ, ਨਮਸਤਕ ਹੋਣ ਲਈ ਇੱਥੇ ਹਰ ਮਹੀਨੇ ਦੀ ਤੇਰਸ ਨੂੰ, ਜੋ ਮਤਲਬ ਪੱਖਾਂ ਦੇ ਹਿਸਾਬ ਨਾਲ ਆਉਂਦੀ ਹੈ, ਜੇਠ ਸੁਦੀ ਤੇਰਸ ਨੂੰ ਇੱਥੇ ਆ ਕੇ ਨਮਸਤਕ ਹੁੰਦੀ ਹੈ। ਇੱਥੇ ਲੰਗਰ ਪਾਣੀ ਦਾ ਵਧੀਆ ਪ੍ਰਬੰਧ ਹੁੰਦਾ ਹੈ, ਸਾਡੇ ਲੰਗਰ ਦੇ ਸ਼ੈੱਡ ਬਣੇ ਹੋਏ ਨੇ, ਕਮਰ ਠਹਿਰਨ ਲਈ ਕਮਰੇ ਨੇ, ਪਾਠ ਸਹਿਜ ਪਾਠ ਇੱਥੇ ਪ੍ਰਾਰੰਭ ਹੁੰਦੇ ਹਨ। ਸੋ ਸੰਗਤ ਬੜੀ ਹੀ ਸ਼ਰਧਾ ਨਾਲ ਆ ਕੇ ਦੂਰੋਂ ਦੂਰ ਸਾਰੇ ਪੰਜਾਬ ਦੇ ਕੋਨੇ ਕੋਨੇ 'ਚੋਂ, ਦੂਜਿਆਂ ਸੂਬਿਆਂ ਦੇ ਕੋਨੇ ਕੋਨੇ 'ਚੋਂ ਆ ਕੇ ਇੱਥੇ ਨਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਨੂੰ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ। ਦੂਸਰਾ 9-12 ਦਸੰਬਰ 'ਚ ਬਾਹਰੋਂ ਵੀ ਕਨੇਡਾ, ਅਮੈਰੀਕਾ, ਆਸਟ੍ਰੇਲੀਆ ਤੋਂ ਜਦੋਂ ਸਰਦੀ ਸ਼ੁਰੂ ਹੋ ਜਾਂਦੀ ਹੈ ਉਦੋਂ ਵੀ ਜਿਹੜੀ ਹੈਗੀ ਹੈ ਸੰਗਤ ਇੱਥੇ ਆ ਕੇ ਬਾਬਾ ਜੀ ਦੇ ਨਮਸਤਕ ਹੁੰਦੀ ਹੈ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਸੋ ਪ੍ਰਬੰਧਕ ਕਮੇਟੀ ਵੱਲੋਂ ਹਰ ਇੱਕ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਟੈਂਟ ਦਾ, ਰਹਿਣ ਦਾ ਪ੍ਰਬੰਧ, ਛਾਇਆ ਮਾਨ ਦਾ ਪ੍ਰਬੰਧ, ਹਰ ਇੱਕ ਤਰ੍ਹਾਂ ਦਾ ਲੰਗਰ ਵਗੈਰਾ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਸਾਰੀ ਹੀ ਕਮੇਟੀ ਦਾ ਅੱਡ ਅੱਡ ਪਿੰਡਾਂ 'ਚੋਂ ਮੈਂਬਰ ਲਏ ਗਏ ਹਨ, ਸਾਰੀ ਹੀ ਕਮੇਟੀ ਦਾ ਬਹੁਤ ਜ਼ਿਆਦਾ ਆਪਸੀ ਪਿਆਰ ਹੈ, ਬਹੁਤ ਹੀ ਸਹਿਯੋਗ ਦੇ ਨਾਲ ਕਮੇਟੀ ਦਾ ਕੰਮ ਚੱਲ ਰਿਹਾ ਹੈ। ਸੋ ਸਾਰੀ ਕਮੇਟੀ ਆਪਦਾ ਤਨ ਮਨ ਧਨ ਦੇ ਨਾਲ ਪੂਰੇ ਪ੍ਰਬੰਧ ਯਤਨ ਕਰਦੀ ਹੈ। ਫਿਰ ਵੀ ਅਸੀਂ ਕਹਿੰਦੇ ਹਾਂ ਜੇ ਕੋਈ ਤਰੁੱਟੀਆਂ ਰਹਿੰਦੀਆਂ ਤਾਂ ਸੰਗਤ ਤੋਂ ਅਸੀਂ ਸਾਰੀ ਹੀ ਕਮੇਟੀ ਮਾਫ਼ੀ ਮੰਗਦੇ ਹਾਂ ਕਿ ਸਾਨੂੰ ਸੁਝਾਅ ਦਿਆ ਕਰੋ ਤਾਂ ਕਿ ਅਸੀਂ ਆਉਂਦੇ ਮਹੀਨੇ ਅਤੇ ਆਉਂਦੇ ਸਾਲ ਹੋਰ ਵੀ ਵਧੀਆ ਪ੍ਰਬੰਧ ਕਰ ਸਕੀਏ। ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਸਥਾਨ 'ਤੇ ਆ ਕੇ ਨਮਸਤਕ ਜ਼ਰੂਰ ਹੋਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।